ਸ਼ੇਖ ਭੱਟੀ ਵਿੱਚ ਜਿਹੜੀ ਇੱਕ ਗ੍ਰਾਂਟ ਨੂੰ ਲੈ ਕੇ ਲੜਾਈ ਹੋਈ ਅਤੇ ਉਹਦਾ ਗਲਤ ਜਿਹੜਾ ਇਸ਼ੂ ਬਣਾਇਆ ਜਾ ਰਿਹਾ ਵਾ। ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਈ ਜੋ ਦਮਦਮਾ ਟਕਸਾਲ ਸਾਹਿਬ ਤੋਂ ਜਿਹੜੇ ਭਾਈ ਜੀ ਨੇ ਭਾਈ ਮਨਪ੍ਰੀਤ ਸਿੰਘ ਜੀ ਉਹ ਮੌਕਾ ਵੇਖ ਕੇ ਉੱਥੇ ਆਏ ਅਤੇ ਕੋਈ ਬੇਅਦਬੀ ਨਹੀਂ ਹੋਈ। ਸਾਰੇ ਇਸ ਵੀਡੀਓ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ। ਇਹ ਵੀਡੀਓ ਸਾਡੇ ਬਣਾਉਣ ਦਾ ਮੇਨ ਮਕਸਦ ਇਹ ਆ ਕਿ ਸ਼ੇਖ ਭੱਟੀ ਵਿੱਚ ਜਿਹੜੀ ਇੱਕ ਗ੍ਰਾਂਟ ਨੂੰ ਲੈ ਕੇ ਲੜਾਈ ਹੋਈ ਅਤੇ ਉਹਦਾ ਗਲਤ ਜਿਹੜਾ ਇਸ਼ੂ ਬਣਾਇਆ ਜਾ ਰਿਹਾ ਵਾ ਕਿ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਈ, ਪਰ ਦਮਦਮੇ ਟਕਸਾਲ ਤੋਂ ਭਾਈ ਸਾਹਿਬ ਦੇ ਜਿਹੜੇ ਆਪਣੇ ਨਾਲ ਸਾਥੀ ਨੇ ਉਹ ਵੀ ਇਸ ਗੱਲ ਨੂੰ ਭਾਈ ਮਨਪ੍ਰੀਤ ਸਿੰਘ ਜੀ ਗਏ ਨੇ ਭਾਈ ਮਨਪ੍ਰੀਤ ਸਿੰਘ ਜੀ ਮੌਕਾ ਵੀ ਪੀ ਗਏ ਜੋ ਦਮਦਮਾ ਟਕਸਾਲ ਸਾਹਿਬ ਤੋਂ ਜਿਹੜੇ ਭਾਈ ਜੀ ਨੇ ਭਾਈ ਮਨਪ੍ਰੀਤ ਸਿੰਘ ਜੀ ਉਹ ਮੌਕਾ ਵੇਖ ਕੇ ਉੱਥੇ ਆਏ ਕਿ ਕੋਈ ਬੇਅਦਬੀ ਨਹੀਂ ਹੋਈ। ਹੁਣ ਵੀ ਅਸੀਂ ਦਮਦਮਾ ਟਕਸਾਲ ਸਾਹਿਬ ਉੱਥੇ ਖੜ੍ਹੇ ਹਾਂ ਅਤੇ ਉਹਨਾਂ ਸਾਨੂੰ ਇਹ ਭਰੋਸਾ ਦਵਾਇਆ ਕਿ ਤੁਹਾਨੂੰ ਕੋਈ ਵੀ ਐਸੀ ਜਿਹੜੀ ਗੱਲ ਪਵਾਵਾਂ ਉੱਡ ਰਹੀਆਂ ਨੇ ਉਹ ਐਸੀ ਕੋਈ ਗੱਲ ਨਹੀਂ ਆ। ਹੁਣੇ ਸਰਪੰਚ ਸਾਹਿਬ ਨਾਲ ਵੀ ਗੱਲ ਭਾਈ ਸਾਹਿਬ ਦੀ ਹੋਈ ਆ ਕਿ ਇਹ ਬੇਅਦਬੀ ਦਾ ਕੋਈ ਇੱਕ ਕੰਮ ਨਹੀਂ ਆ, ਤੁਹਾਡੀ ਜਿਹੜੀ ਆਪਸੀ ਲੜਾਈ ਆ ਤੁਸੀਂ ਉਹਨੂੰ ਨਿਪਟਾਓ ਅਤੇ ਅਸੀਂ ਸਾਰਿਆਂ ਨੂੰ ਜਿਨ੍ਹਾਂ ਤੱਕ ਇਹ ਭੜਕਾਊ ਬਿਆਨ ਲੋਕ ਪਹੁੰਚਾ ਰਹੇ ਆ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਐਸਾ ਕੋਈ ਮੁੱਦਾ ਨਹੀਂ ਆ। ਇਹ ਸਿਰਫ ਪਿੰਡ 'ਚ ਜਿਹੜੀ ਆਈ ਹੋਈ ਗ੍ਰਾਂਟ ਆ ਜੋ ਸਰਪੰਚ ਜਿਹੜਾ ਵਾ ਉਹ ਨਹੀਂ ਲਗਾ ਰਿਹਾ, ਇਹ ਮੇਨ ਮੁੱਦਾ ਉਹ ਇਸ ਗੱਲ ਦੀ ਲੜਾਈ ਆ। ਅਤੇ ਭਾਈ ਸਾਹਿਬ ਨੇ ਵੀ ਇਹ ਸਾਨੂੰ ਪੂਰਾ ਭਰੋਸਾ ਦਵਾਇਆ ਕਿ ਜਦੋਂ ਭਾਈ ਅਮਰੀਕ ਜੀ ਆ ਜਾਣਗੇ ਅਤੇ ਉਹ ਆਣ ਕੇ ਅਤੇ ਤੁਹਾਡਾ ਬਹਿ ਕੇ ਫੈਸਲਾ ਕਰਵਾ ਦੇਣਗੇ, ਕਿਉਂਕਿ ਪਹਿਲਾਂ ਵੀ ਉਹਨਾਂ ਡਿਊਟੀ ਲਾਈ ਸੀ ਸਿੰਘ ਸਾਹਿਬ ਦੀ ਕਿ ਤੁਸੀਂ ਜਾ ਕੇ ਉਸ ਜਗ੍ਹਾ 'ਤੇ ਇਹ ਪਤਾ ਕਰੋ ਕਿ ਬੇਅਦਬੀ ਹੋਈ ਆ ਜਾਂ ਨਹੀਂ ਹੋਈ। ਪਰ ਉੱਥੇ ਕੋਈ ਵੀ ਇਹਨਾਂ ਜਦੋਂ ਜਾ ਕੇ ਵੇਖਿਆ ਤਾਂ ਕੋਈ ਵੀ ਉਸ ਜਗ੍ਹਾ 'ਤੇ ਬੇਅਦਬੀ ਨਹੀਂ ਹੋਈ। ਸਾਡੀ ਸਾਰਿਆਂ ਨੂੰ ਸਿੱਖ ਭਾਈਚਾਰੇ ਨੂੰ ਕ੍ਰਿਸਚਨ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਜਿਹੜੀਆਂ ਗਲਤ ਅਫਵਾਹਾਂ ਬਣਾਈਆਂ ਜਾਂਦੀਆਂ, ਗਲਤ ਵੀਡੀਓ ਬਣਾਈਆਂ ਜਾਂਦੀਆਂ ਨੇ, ਇਹਨਾਂ 'ਤੇ ਵਿਸ਼ਵਾਸ ਨਾ ਕਰੋ, ਭਰੋਸਾ ਨਾ ਕਰੋ। ਅਤੇ ਜਿਹੜੇ ਗਲਤ ਆਂਸਰ ਜਿਹੜੇ ਦੋਵਾਂ ਜਿਹੜੀਆਂ ਬਰਾਦਰੀਆਂ ਵਿੱਚ ਫੁੱਟ ਪਾਉਣਾ ਚਾਹੁੰਦੇ ਨੇ, ਲੜਾਈ ਪਾਉਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਐਸੀਆਂ ਅਫਵਾਹਾਂ ਨਾ ਫੈਲਾਓ ਜਿਹਦੇ ਤੋਂ ਬਹੁਤ ਨੁਕਸਾਨ ਹੋਣ ਦੇ ਜਿਹੜੇ ਆ ਚਾਂਸ ਬਣੇ ਰਹਿੰਦੇ ਆ। ਸਭ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ।